ਸੋਸ਼ਲ ਮੀਡੀਆ ਤੇ ਕੁਝ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਦੇ ਵਿੱਚ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲਿਆਂ ਦੇ ਉੱਤੇ ਬਲਤਕਾਰ ਦੇ ਇਲਜ਼ਾਮ ਲੱਗ ਰਹੇ ਹਨ ਪਹਿਲਾਂ ਮੈਂ ਇਹ ਸੋਚਿਆ ਸੀ ਕਿ ਇਸ ਟੌਪਿਕ ਦੇ ਉੱਤੇ ਬਿਲਕੁਲ ਵੀ ਨਾ ਬੋਲਾਂ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਲੋਕਾਂ ਦਾ ਬੋਧਿਕ ਪੱਧਰ ਅਜੇ ਇੰਨਾ ਉੱਚਾ ਨਹੀਂ ਹੈ ਕਿ ਇਹ ਗੱਲ ਨੂੰ ਸਮਝ ਸਕਣ ਇਹ ਸਿਰਫ ਜ਼ਿਆਦਾਤਰ ਗਾਲਾਂ ਕੱਢਣਾ ਜਾਣਦੇ ਹਨ ਧਮਕੀਆਂ ਦੇਣਾ ਜਾਣਦੇ ਹਨ ਯਾ ਗੁੰਡਾਗਰਦੀ ਕਰਨ ਦਾ ਜਾਣਦੇ ਹਨ ਇਹ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਇਹ ਕੁਝ ਕੁ ਇਹੋ ਜਿਹੇ ਹੈਗੇ ਨੇ ਬਹੁਤੇ ਵੀਰਪਣ ਸਮਝਦਾਰ ਵੀ ਹੈਗੇ ਨੇ ਪਰ ਕੁਝ ਇਹੋ ਜਿਹੇ ਵੀ ਹੈਗੇ ਨੇ ਜੋ ਖਾਸ ਕਰਕੇ ਸੋਸ਼ਲ ਮੀਡੀਆ ਤੇ ਜੋ ਹਰ ਗੱਲ ਤੇ ਸਿਰਫ ਤੇ ਸਿਰਫ ਗਾਲ੍ਹਾਂ ਕੱਢਦੇ ਨੇ ਧਮਕੀਆਂ ਦਿੰਦੇ ਨੇ ਗੁੰਡਾਗਰਦੀ ਕਰਦੇ ਹਨ ਪਰ ਫਿਰ ਮੈਨੂੰ ਲੱਗਿਆ ਕਿ ਨਹੀਂ ਮੈਨੂੰ ਆਪਣੇ ਵਿਚਾਰ ਤਾਂ ਘਟੋਕੜ ਸਾਂਝੇ ਕਰਨੇ ਹੀ ਚਾਹੀਦੇ ਹਨ ਹੁਣ ਆਪਾਂ ਆਨੇ ਟੌਪਿਕ ਵੱਲ ਬਾਬਾ ਬਲਜਿੰਦਰ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਹਨ ਕਿ ਉਹਨਾਂ ਨੇ ਕੁੜੀਆਂ ਦੇ ਨਾਲ ਜ਼ਬਰਜਨਾਹ ਕੀਤਾ ਹੈ ਬਲਤਕਾਰ ਕੀਤਾ ਹੈ भाई अमरपाल सिंह ਮੈਰੋ ਵੱਲੋਂ ਇਹ ਸਾਰੇ ਖੁਲਾਸੇ ਜਿਹੜੇ ਨੇ ਉਹ ਕੀਤੇ ਗਏ ਹਨ ਇੱਕ ਬੀਬੀ ਨੇ ਬਾਬਾ ਬਲਜਿੰਦਰ ਸਿੰਘ ਤੇ ਇਹ ਵੀ ਇਲਜ਼ਾਮ ਲਾਇਆ ਕਿ ਸਾਸੀ 2 ਸਾਲ ਤੋਂ ਬਾਬਾ ਬਲਜਿੰਦਰ ਸਿੰਘ ਜੀ ਨਾਲ ਜੁੜੇ ਹੋਏ ਸਨ ਬਾਬਾ ਜੀ ਨੇ ਸਾਨੂੰ ਕਿਹਾ ਕਿ ਸਾਡੇ ਨਾਲ ਰਿਲੇਸ਼ਨ ਦੇ ਵਿੱਚ ਆ ਜਾਓ ਅਸੀਂ ਵਿਆਹ ਕਰ ਲਾਂਗੇ ਇੱਕ ਬੀਬੀ ਵੱਲੋਂ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਬਾਬਾ ਜੀ ਮੈਨੂੰ ਹੋਟਲ ਦੇ ਵਿੱਚ ਲੈ ਗਏ ਔਰ ਉੱਥੇ ਮੇਰੇ ਨਾਲ ਜ਼ਬਰਜਨਾਹ ਕੀਤਾ ਹੁਣ ਜਦ ਸਾਰੀ ਵੀਡੀਓ ਆਪਾਂ ਦੇਖਦੇ ਆਂ ਤੇ ਹੁਣ ਇਹ ਵੀ ਪਤਾ ਲੱਗ ਰਿਹਾ ਹੈ ਕਿ ਜਿਹੜੀ ਬੀਬੀ ਇਲਜ਼ਾਮ ਲਾ ਰਹੀਆਂ ਸਨ ਇਹ ਜਿਹੜੇ ਆਪਣੇ ਬਿਆਨਤੋਂ ਮੁਕਰ ਗਏ ਆ ਨੇ ਕੁਝ ਲੋਕੀ ਇਹ ਵੀ ਕਹਿ ਰਹੇ ਹਨ ਅੱਜ ਦੀ ਇਸ ਵੀਡੀਓ ਵਿੱਚ ਮੈਂ ਜਿੰਨੀ ਵੀ ਜਾਣਕਾਰੀ ਆ ਵੀ ਨਾ ਸਾਂਝਾ ਕਰਾਂਗਾ ਉਹ ਕਾਨੂੰਨ ਦੇ ਅਕੋਰਡਿੰਗ ਸਾਂਝਾ ਕਰਾਂਗਾ ਕਿ ਕਾਨੂੰਨ ਕੀ ਕਹਿੰਦਾ ਜਿੰਨਾ ਕਿ ਮੈਂ ਪੜਿਆ ਉਹਦੇ ਅਕੋਰਡਿੰਗ ਬਾਬੇ ਦੇ ਉੱਤੇ ਇਲਜ਼ਾਮ ਲੱਗੇ ਕਿ ਬਾਬੇ ਨੇ ਕੁੜੀ ਦੇ ਨਾਲ ਜ਼ਬਰਜਨਾਹ ਕੀਤਾ ਲੇਕਿਨ ਕੁੜੀ ਇਹ ਕਹਿ ਰਹੀ ਹੈ ਕਿ ਮੈਂ ਬਾਬੇ ਦੇ ਨਾਲ ਸੰਪਰਕ ਦੇ ਵਿੱਚ ਆਈ ਕਿਉਂਕਿ ਬਾਬੇ ਨੇ ਮੈਨੂੰ ਕਿਹਾ ਸੀਗਾ ਕਿ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾ ਲੈ ਮੈਂ ਵਿਆਹਿਆ ਹੋਇਆ ਹਾਂ ਮੇਰੇ ਦੋ ਬੱਚੇ ਹਨ ਅੱਗੇ ਜਾ ਕੇ ਅਸੀਂ ਵਿਆਹ ਕਰ ਲਾਂਗੇ ਮੈਂ ਉਸ ਕੁੜੀ ਨੂੰ ਪੁੱਛਣਾ ਚਾਹਨਾ ਹਾਂ ਕਿ ਜਦੋਂ ਤੁਹਾਨੂੰ ਇਹ ਪਤਾ ਹੈ ਕਿ ਇਹ ਬਾਬਾ ਵਿਆਹ ਹੋਇਆ ਹੈ ਇਸ ਬਾਬੇ ਦੇ ਦੋ ਬੱਚੇ ਹਨ ਫਿਰ ਤੁਸੀਂ ਉਸ ਬਾਬੇ ਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਇਆ ਕਿਉਂ ਇੱਥੇ ਗਲਤੀ ਤੁਹਾਡੀ ਹੈ ਬਾਬਾ ਦਾ ਗਲਤ ਹੈ ਹੀ ਜੇ ਆਪਾਂ ਧਾਰਮਿਕ ਤੌਰ ਤੇ ਦੇਖੀਏ ਬਾਬਾ ਦਾ 100% ਗਲਤ ਹੈ ਪਰ ਇੱਥੇ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਗਲਤੀ ਕਿਹਦੀ ਕਿਹਦੀ ਹੈ ਸਭ ਤੋਂ ਪਹਿਲਾਂ ਤਾਂ ਵੀਬਾ ਤੇਰੀ ਗਲਤੀ ਹੈ ਕਿ ਤੂੰ ਸਾਰਾ ਕੁਝ ਜਾਣਨ ਦੇ ਬਾਵਜੂਦ ਵੀ ਇਸ ਬਾਬੇ ਦੇ ਨਾਲ ਰਿਲੇਸ਼ਨ ਦੇ ਵਿੱਚ ਆਈ ਇਸ ਤੋਂ ਬਾਅਦ ਗੱਲ ਕਰਦੇ ਆ ਕਿ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਦੇ ਮੁਤਾਬਿਕ ਅਗਰ ਕੋਈ ਬੰਦਾ ਵਿਆਹਿਆ ਹੋਇਆ ਹੈ ਔਰ ਉਹ ਆਪਣੇ ਸਾਥੀ ਨੂੰ ਇਹ ਗੱਲ ਕਹਿ ਦੇ ਜਿਹਦੇ ਨਾਲ ਉਹ ਰਿਲੇਸ਼ਨ ਦੇ ਵਿੱਚ ਆ ਰਿਹਾ ਹੈ ਕਿ ਮੈਂ ਵਿਆਹਿਆ ਹੋਇਆ ਨਹੀਂ ਹਾਂ ਮੈਂ ਅਨਮੈਰਿਡ ਹਾਂ ਮੇਰੇ ਨਾਲ ਰਿਲੇਸ਼ਨ ਬਣਾਓ ਫਿਜ਼ੀਕਲ ਰਿਲੇਸ਼ਨ ਉਹਦੇ ਨਾਲ ਬਣਦੇ ਨੇ ਤੇ ਉਹਨੂੰ ਇਹ ਗੱਲ ਕਹਿੰਦੇ ਨੇ ਕਿ ਮੈਂ ਅਨਮੈਰਿਡ ਹਾਂ ਮੇਰਾ ਵਿਆਹ ਨਹੀਂ ਹੋਇਆ ਤੇ ਫਿਜ਼ੀਕਲ ਰਿਲੇਸ਼ਨ ਤੋਂ ਬਾਅਦ ਉਹਦੇ ਨਾਲ ਉਹ ਬੰਦਾ ਵਿਆਹ ਨਹੀਂ ਕਰਦਾ ਕਾਂ ਉਸ ਵਿਅਕਤੀ ਦੇ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਕਿਉਂਕਿ ਉਸ ਵਿਅਕਤੀ ਨੇ ਝੂਠ ਬੋਲ ਕੇ ਇਸ ਕੁੜੀ ਦੇ ਨਾਲ ਜੋ ਵੀ ਕੁੜੀ ਹੈ ਜਿਹਦੇ ਨਾਲ ਰਿਲੇਸ਼ਨ ਬਣਾਏ ਗਏ ਨੇ ਉਹਦੇ ਨਾਲ ਰਿਲੇਸ਼ਨ ਬਣਾਇਆ ਗਿਆ ਹੈ ਪਰ ਇਹ ਸਾਰੀ ਗੱਲਬਾਤ ਉਸ ਕੁੜੀ ਨੂੰ ਖੁਦ ਸਿੱਧ ਕਰਨੀ ਪੈਣੀ ਹੈ ਸਾਬਿਤ ਕਰਨੀ ਪੈਣੀ ਹੈ ਕਿ ਇਸ ਵਿਅਕਤੀ ਨੇ ਮੈਨੂੰ ਝੂਠ ਬੋਲਿਆ ਸੀ ਕਿ ਮੈਂ ਵਿਆਹਿਆ ਹੋਇਆ ਨਹੀਂ ਹਾਂ ਜੇ ਉਸ ਬੰਦੇ ਨੇ ਇਹ ਗੱਲ ਸਾਬਿਤ ਕਰਤੀ ਕਿ ਮੈਂ ਤਾਂ ਇਹਨੂੰ ਸਾਰਾ ਕੁਝ ਪਹਿਲੀ ਦੱਸਤਾ ਸੀਗਾ ਕਿ ਮੈਂ ਵਿਆਹਿਆ ਹੋਇਆ ਹਾਂ ਮੇਰੇ ਦੋ ਬੱਚੇ ਹਨ ਅਸੀਂ ਸਿਰਫ ਫਰੈਂਡਲੀ ਤੌਰ ਤੇ ਨਾਲ ਰਹਾਂਗੇ ਸਾਡਾ ਫਿਜ਼ੀਕਲ ਰਿਲੇਸ਼ਨ ਹੋਏਗਾ ਫਿਰ ਉਸ ਵਿਅਕਤੀ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਹੋ ਹੀ ਨਹੀਂ ਸਕਦੀ ਕਿਉਂਕਿ ਉਹ ਕੁੜੀ ਅਗਰ ਬਾਲਿਕ ਹੈ ਔਰ ਆਪਣੀ ਮਰਜ਼ੀ ਦੇ ਨਾਲ ਬਾਬੇ ਦੇ ਨਾਲ ਰਿਲੇਸ਼ਨ ਦੇ ਵਿੱਚ ਆਈ ਹੈ ਤਾਂ ਉਸ ਬਾਬੇ ਦੇ ਉੱਤੇ ਜਾਂ ਉਸ ਬੰਦੇ ਦੇ ਉੱਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ ਦੂਜੀ ਗੱਲ ਕਰਦੇ ਹਾਂ ਜਿਹੜੀ ਬੀਬੀ ਕਹਿ ਰਹੀ ਹੈ ਕਿ ਮੈਨੂੰ ਹੋਟਲ ਦੇ ਵਿੱਚ ਲੈ ਕੇ ਗਏ ਮੇਰੇ ਨਾਲ ਜ਼ਬਰਜਨਾਹ ਹੋਇਆ ਕਹਿੰਦੇ ਕਿ ਬਾਬੇ ਨੂੰ ਭੁੱਖ ਲੱਗੀ ਸੀ ਬਾਬਾ ਹੋਟਲ ਦੇ ਵਿੱਚ ਖਾਣਾ ਖਾਣ ਚਲਾ ਗਿਆ ਬੀਬਾ ਜੇ ਭੁੱਖ ਲੱਗੀ ਹੋਏਗੀ ਬੰਦਾ ਰੈਸਟੋਰੈਂਟ 'ਚ ਜਾਏਗਾ ਜਾਂ ਬੰਦਾ ਢਾਬੇ ਤੇ ਜਾਏਗਾ ਚਲੋ ਬਾੜਾ ਪੈਸਾ ਹੈ ਭਾਈ ਹੋਟਲ ਤੇ ਚਲਾ ਗਿਆ ਖਾਣਾ ਖਾਣ ਵਾਸਤੇ ਤੇ ਬੀਬਾ ਤੁਸੀਂ ਨਾਲ ਕੀ ਕਰਨ ਗਏ ਸੀਗੇ ਸੋਚਣ ਵਾਲੀ ਗੱਲ ਹੈ ਤੁਸੀਂ ਤਾਂ ਅਰਦਾਸ ਕਰਨ ਵਾਸਤੇ ਆਏ ਸੀ ਨਾ ਜਿਵੇਂ ਬੀਬੀ ਨੇ ਉਸ ਵੀਡੀਓ ਵਿੱਚ ਕਿਹਾ ਕਿ ਮੈਂ ਤਾਂ ਅਰਦਾਸ ਕਰਨ ਵਾਸਤੇ ਆਈ ਸੀ ਤੁਸੀਂ ਨਾਲ ਹੋਟਲ 'ਚ ਕੀ ਕਰਨ ਚਲੇ ਗਏ ਫਿਰ ਹੋਟਲ ਦੇ ਰੂਮ ਦੇ ਵਿੱਚ ਚਲੇ ਗਏ ਮੈਨੂੰ ਇਹ ਗੱਲ ਸਮਝਾਓ ਇੰਨਾ ਤਾਂ ਦਿਮਾਗ ਤੁਹਾਡਾ ਕੰਮ ਕਰਦਾ ਹੋਵੇਗਾ ਕਿ ਹੋਟਲ ਦੇ ਰੂਮ ਦੇ ਵਿੱਚ ਕਿਹੜਾ ਖਾਣਾ ਤੁਸੀਂ ਖਾਣ ਗਏ ਸੀ ਭਈ ਇਹ ਗੱਲ ਦੱਸੋ ਸਾਰਿਆਂ ਨੂੰ ਪਤਾ ਹੈ ਕਿ ਹੋਟਲ ਦੇ ਰੂਮ ਦੇ ਵਿੱਚ ਤੁਸੀਂ ਕੱਲੀ ਬੀਬੀ ਨੂੰ ਲੈ ਕੇ ਜਾ ਰਹੇ ਹੋ ਕੱਲੀ ਬੀਬੀ ਤੁਸੀਂ ਇੱਕ ਬੰਦੇ ਨਾਲ ਜਾ ਰਹੀ ਹੈ ਇਹਦਾ ਮਤਲਬ ਕੁਝ ਹੋਰ ਹੈ ਖਾਣਾ ਖਾਣਾ ਵਾਸਤੇ ਤੁਸੀਂ ਨਹੀਂ ਜਾ ਰਹੇ ਜੇ ਖਾਣਾ ਖਾਣਾ ਹੁੰਦਾ ਥੱਲੇ ਤੂੰ ਹੀ ਖਾਣਾ ਖਾ ਸਕਦੇ ਸੀ ਰੈਸਟੋਰੈਂਟ ਹੁੰਦਾ ਥੱਲੇ ਹੋਟਲ ਹਲ ਹੋਟਲ 'ਚ ਹੁੰਦਾ ਉੱਥੇ ਖਾਣਾ ਖਾਂਦੇ ਲੇਕਿਨ ਤੁਸੀਂ ਹੋਟਲ ਦੇ ਵਿੱਚ ਗਏ ਰੂਮ ਦੇ ਵਿੱਚ ਗਏ ਫਿਰ ਤੁਸੀਂ ਕਹਿੰਦੇ ਹੋ ਕਿ ਬਾਪੇ ਨੇ ਤੁਹਾਡੀ ਮਰਜ਼ੀ ਤੋਂ ਬਿਨਾਂ ਤੋੜਾ ਨਾਲ ਜ਼ਬਰਦਸਤ ਨ ਚਲੋ ਇੱਕ ਪਰਹੰਡ ਮੰਨ ਲੈਣਿਆ ਤੁਹਾਡੇ ਨਾਲ ਜ਼ਬਰਦਸਤ ਨਾ ਹੋਇਆ ਫਿਰ ਜੇ ਤੁਸੀਂ ਹੋਟਲ ਤੋਂ ਬਾਹਰ ਨਿਕਲੇ ਰੂਮ ਤੋਂ ਬਾਹਰ ਨਿਕਲੇ ਤੁਸੀਂ ਉੱਥੇ ਆ ਕੇ ਰੋਲਾ ਕਿਉਂ ਨਹੀਂ ਪਾਇਆ ਕਿ ਮੇਰੇ ਨਾਲ ਜ਼ਬਰਦਨਾ ਹੋਇਆ ਉੱਥੇ ਆ ਕੇ ਕੁਝ ਕਿਉਂ ਨਹੀਂ ਬੋਲੇ ਹੁਣ ਤੁਸੀਂ ਇਹ ਕਹੋਗੇ ਮੈਨੂੰ ਡਰਾਇਆ ਗਿਆ ਧਮਕਾਇਆ ਗਿਆ ਮੇਰੇ ਉੱਤੇ ਪ੍ਰੈਸ਼ਰ ਸੀਗਾ ਅਗਰ ਮੈਂ ਬੋਲ ਦਿੰਦੀ ਮੈਨੂੰ ਆਹ ਕਰ ਦਿੰਦੇ ਉਹ ਕਰ ਦਿੰਦੇ ਮੰਨ ਲੈਣਿਆ ਹੁਣ ਵੀ ਤਾਂ ਤੁਸੀਂ ਬੋਲੇ ਹੁਣ ਤੁਹਾਡਾ ਉਹ ਡਰ ਹੁਣ ਤੁਹਾਡਾ ਉਹ ਜਿਹੜਾ ਪ੍ਰੈਸ਼ਰ ਹੈ ਉਹ ਕਿੱਥੇ ਚਲਾ ਗਿਆ ਜੇ ਤੁਹਾਨੂੰ ਉਦੋਂ ਡਰਾਇਆ ਗਿਆ ਸੀ ਤੁਹਾਨੂੰ ਧਮਕੀ ਦਿੱਤੀ ਗਈ ਧਮਕੀ ਤੋਂ ਹੁਣ ਵੀ ਹੈ ਉਹ ਉਹ ਸਭ ਕੁਝ ਤਾਂ ਹੁਣ ਵੀ ਹੋ ਸਕਦਾ ਤੁਹਾਨੂੰ ਉਦੋਂ ਕਿਹਾ ਗਿਆ ਉਦੋਂ ਤੁਸੀਂ ਨਹੀਂ ਬੋਲੇ ਹੁਣ ਤੁਸੀਂ ਬੋਲ ਰਹੇ ਹੋ ਇਹ ਗੱਲ ਨਾ ਹਜਮ ਜੀ ਨਹੀਂ ਹੁੰਦੀ ਜੇ ਬੋਲਣਾ ਸੀ ਤਾਂ ਉਸੇ ਸਮੇਂ ਬੋਲਣਾ ਸੀ ਬਾਅਦ ਵਿੱਚ ਕਹੀ ਹੋਈ ਗਲਤੀ ਯਕੀਨ ਕਰਨਾ ਸੌਖਾ ਨਹੀਂ ਹੈ ਬਾਕੀ ਪੁਲਿਸ ਆਪਣੀ ਤਫਤੀਸ਼ ਕਰ ਰਹੀ ਹੈ ਇਹ ਤਾਂ ਆਉਣ ਵਾਲੇ ਸਮੇਂ ਤੇ ਪਤਾ ਲੱਗੇਗਾ ਕਿ ਇਹ ਬੀਬੀਆਂ ਝੂਠੀਆਂ ਹਨ ਜਾਂ ਉਹ ਬਾਬਾ ਝੂਠਾ ਹੈ ਇੱਕ ਗੱਲ ਤਾਂ ਬਿਲਕੁਲ ਸਪਸ਼ਟ ਹੈ ਕਿ ਬਾਬਾ ਜੇ ਧਰਮ ਦੇ ਅਕੋਰਡ ਦੇਖਿਆ ਜਾਵੇ ਬਾਬਾ 100% ਗਲਤ ਹੈ ਬਾਬੇ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਸ਼੍ਰੋਮਣੀ ਕਮੇਟੀ ਨੂੰ ਸਖਜਥੇ ਬੰਦੇ ਉਹਨਾਂ ਨੂੰ ਚਾਹੀਦਾ ਹੈ ਕਿ ਇਹਦੇ ਉੱਤੇ ਧਾਰਮਿਕ ਸਜ਼ਾ ਤੋਂ ਇਲਾਵਾ-ਲਾਵਾ ਇਹਦੇ ਉੱਤੇ ਇਹ ਵੀ ਲਾਇਆ ਜਾਵੇ ਕਿ ਇਹਨੇ ਬੇਦਬੀ ਕੀਤੀ ਹੈ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਭੋਰੇ ਦੇ ਵਿੱਚ ਇਹ ਸਾਰਾ ਕੁਝ ਹੋਇਆ ਹੈ ਤਾਂ ਇਹ ਬਹੁਤ ਵੱਡੀ ਬੇਅਦਬੀ ਹੈ ਤਾਂ ਉਸ ਦੇ ਅਕੋਰਡਿੰਗ ਜਿਹੜੇ ਹੈ ਸਜ਼ਾ ਜਿਹੜੀ ਹੈ ਉਹ ਇਸ ਬਾਬੇ ਨੂੰ ਮਿਲਣੀ ਚਾਹੀਦੀ ਹੈ ਪਰ ਜਿਹੜੇ ਇਹ ਜ਼ਬਰਜਨਾਬ ਵਾਲੀ ਗੱਲ ਅਗਰ ਸਿੱਧ ਨਹੀਂ ਹੁੰਦੀ ਇਹ ਸਿੱਧ ਹੁੰਦਾ ਹੈ ਕਿ ਬਾਬੇ ਨੇ ਜੋ ਵੀ ਕੁਝ ਕੀਤਾ ਹੈ ਉਹ ਉਹਨਾਂ ਦੀ ਮਰਜ਼ੀ ਦੇ ਨਾਲ ਕੀਤਾ ਹੈ ਫਿਰ ਜ਼ਬਰਜਨਾਬ ਵਗੈਰਾ ਦਾ ਤਾਂ ਕੋਈ ਇਹਦੇ ਉੱਤੇ ਪਰਚਾ ਨਹੀਂ ਹੋਏਗਾ ਪਰ ਜੇ ਇਹ ਸਿੱਧ ਹੋ ਜਾਂਦਾ ਹੈ ਕਿ ਹਾਂ ਇਹ ਸਾਰਾ ਕੁਝ ਹੋਇਆ ਹੈ ਕੁੜੀਆਂ ਦੀ ਮਰਜ਼ੀ ਦੇ ਨਾਲ ਹੋਇਆ ਹੈ ਤਾਂ ਉਹਦੇ ਉੱਤੇ ਧਾਰਮਿਕ ਸਜ਼ਾ ਵੀ ਬਣਦੀ ਹੈ ਤੇ ਧਰਮ ਦੀ ਬੇਅਦਬੀ ਕਰਨ ਦੀ ਸਜ਼ਾ ਵੀ ਬਣਦੀ ਹੈ ਕਿਉਂਕਿ ਧਰਮ ਇਥਾਲ ਤੇ ਇਹੋ ਜੇ ਕੰਮ ਨਹੀਂ ਕੀਤੇ ਜਾ ਸਕਦੇ। ਬਾਕੀ ਸੱਚ ਕੀ ਹੈ ਤੇ ਝੂਠ ਕੀ ਹੈ ਇਹ ਤਾਂ ਆਉਣ ਵਾਲੇ ਸਮੇਂ ਤੇ ਪਤਾ ਲੱਗ ਜਾਏਗਾ। ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਬਾਬੇ ਵੱਲੋਂ ਕਿ ਮੇਰੇ ਡੇਰੇ ਤੇ ਜਦੋਂ ਇਹ ਆਏ ਸੀਗੇ ਭਾਈ ਅਮਰਤਪਾਲ ਸਿੰਘ ਮੈਰੋ ਜੀ ਹੋਣੀ ਇਹਨਾਂ ਨੇ ਉੱਥੇ ਆ ਕੇ ਪੈਸੇ ਚੋਰੀ ਕੀਤੇ ਇਹਨਾਂ ਨੇ ਉੱਥੇ ਆ ਕੇ 골ਡ ਜਿਹੜਾ ਸੀ ਸੋਨਾ ਉਹ ਚੋਰੀ ਕੀਤਾ ਉਹ ਹੋਰ ਸਾਰਾ ਕੁਝ ਜਿਹੜਾ ਸੀ ਸਮਾਨ ਲੁੱਟ ਕੇ ਲੈ ਗਏ ਤੇ ਭਾਈ ਅਮਰਤਪਾਲ ਸਿੰਘ ਮੈਰੋਜੀ ਕਹਿ ਰਹੇ ਨੇ ਕਿ ਸਾਨੂੰ 10 ਲੱਖ ਰੁਪਏ ਦਾ ਆਫਰ ਦਿੱਤਾ ਗਿਆ ਇਹ ਤੁਹਾਨੂੰ 10 ਲੱਖ ਰੁਪਏ ਦੇ ਦਾਂਗੇ ਜਿਹੜਾ ਇਹ ਮਾਮਲਾ ਰਫਾ ਦਾ ਫਰਕ ਕਰ ਦੋ ਹੁਣ ਸੱਚ ਕੀ ਹੈ ਝੂਠ ਕੀ ਹੈ ਮੈਂ ਫਿਰ ਦੱਸਿਆ ਉਹੀ ਗੱਲ ਕਰ ਰਹੇ ਆ ਜੀ ਇਹ ਤਾਂ ਆਉਣ ਵਾਲੇ ਸਮੇਂ ਤੇ ਪਤਾ ਲੱਗੇਗਾ ਕਿਉਂਕਿ ਬਾਤ ਚ ਤਾਂ ਹਰ ਬੰਦਾ ਆਪਣੇ ਆਪਣੇ ਪੱਖ ਦੀ ਗੱਲ ਕਰਦਾ ਭਾਈ ਅਮਰਪਾਲ ਸਿੰਘ ਮੈਰੋ ਜੀ ਆਪਣੇ ਪੱਖ ਦੀ ਗੱਲ ਕਰਨਗੇ ਬਾਬਾ ਬਲਜਿੰਦਰ ਸਿੰਘ ਆਪਣੇ ਪੱਖ ਦੀ ਗੱਲ ਕਰੇਗਾ ਸੱਚ ਜਾਂ ਝੂਠ ਇਹ ਤਾਂ ਕਾਨੂੰਨ ਜਿਹੜਾ ਹੈ ਕੋਜਬਿੰਨ ਕਰੂਗਾ ਤੇ ਆਉਣ ਵਾਲੇ ਸਮੇਂ ਤੇ ਸਾਡੇ ਸਾਰਿਆਂ ਦੇ ਸਾਹਮਣੇ ਆਵੇਗਾ ਅਸੀਂ ਕਿਸੇ ਇੱਕ ਨੂੰ ਵੀ ਸਹੀ ਹੈ ਗਲਤ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਤਾਂ ਸਿਰਫ ਸੁਣੀਆਂ ਨੇ ਗੱਲਾਂ रियलिटी ਕੀ ਹੈ ਸਾਨੂੰ ਨਹੀਂ ਪਤਾ ਭਾਈ ਅਮਰਪਾਲ ਸਿੰਘ ਮੈਰੋ ਕੋਲ ਉਹ ਕੁੜੀ ਆਈ ਤੇ ਭਾਈ ਅਮਰਪਾਲ ਸਿੰਘ ਮੈਰੋ ਨੇ ਉਹੀ ਕੰਮ ਕੀਤਾ ਜੋ ਹਰ ਇੱਕ ਸਿੱਖ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਉਹ ਕੁੜੀ ਜਿਸ ਤਰੀਕੇ ਨਾਲ ਆ ਕੇ ਉਹਨਾਂ ਨੇ ਦੱਸਿਆ ਕਿ ਬਾਬਾ ਜੀ ਮੇਰੇ ਕੋਲ ਆ ਸਾਰਾ ਮੇਰੇ ਨਾਲ ਆ ਸਾਰਾ ਕੁਝ ਹੋਇਆ ਤਾਂ ਉਹਨਾਂ ਨੇ ਤੇ ਕਾਨੂੰ ਆਪਣੀ ਜਿਹੜੀ ਕਾਰਵਾਈ ਸੀ ਉਹ ਕਰਨੀ ਕਰਨੀ ਸੀ ਕਿਉਂਕਿ ਧਰਮ ਦੇ ਅਕਾਰਿ ਤੋਂ ਬਾਬਾ ਗਲਤ ਹੈ ਹੀ ਨਾ ਤਾਂ ਆਪਾਂ ਭਾਈ ਅਮਰਪਾਲ ਸਿੰਘ ਮੈਰੋ ਨੂੰ ਮੈਂ ਇੱਥੇ ਗਲਤ ਨਹੀਂ ਕਹਾਗਾ ਕਿਉਂਕਿ ਉਹਨਾਂ ਨੇ ਉਹ ਕੰਮ ਕੀਤਾ ਜੋ ਧਰਮ ਦੇ ਅਕੋਰਡਿੰਗ ਬਿਲਕੁਲ ਸਹੀ ਹੈ ਕਿਉਂਕਿ ਉਹ ਬਾਬਾ ਜਿਹੜਾ ਸੀ ਨਾ ਉਹ ਬੇਦਬੀ ਕਰ ਰਿਹਾ ਸੀਗਾ ਬਾਕੀ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜਦ ਕੋਈ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਇਹਦੇ ਜੋ ਵਿਅਕਤੀ ਨੂੰ ਉਸੇ ਟਾਈਮ ਪੰਥ ਤੋਂ ਬੇਦਖਲ ਕੀਤਾ ਜਾਵੇ ਕਿਉਂਕਿ ਇਹ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਧਾਰਮਿਕ ਸਥਾਨਾਂ ਦੇ ਵਿੱਚ ਇਹੋ ਜਿਹਾ ਕੰਮ ਹੋ ਰਹੇ ਹਨ ਧਾਰਮਿਕ ਸਥਾਨਾਂ ਦੇ ਵਿੱਚ ਇਹੋ ਜਿਹੀ ਬੇਦਬੀਆ ਹੋ ਰਹੀ ਹੈ ਇਹ ਬੇਦਬੀ ਹੈ ਬਹੁਤ ਵੱਡੀ ਕਿ ਐਦਾਂ ਕੁੜੀਆਂ ਨੂੰ ਬੁਲਾ ਕੇ ਉਹਨਾਂ ਨਾਲ ਆਹ ਸਾਰਾ ਕੁਝ ਕਰਨਾ ਪਾਵੇ ਮਰਜ਼ੀ ਨਾਲ ਕੀਤਾ ਭਾਵੇਂ ਜ਼ਬਰਦਸਤੀ ਕੀਤਾ ਗਲਤ ਚੀਜ਼ ਗਲਤ ਹੈ ਗਲਤ ਨੂੰ ਆਪਾਂ ਗਲਤੀ ਕਹਾਂਗੇ ਤਾਂ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਇਸ ਵਿਅਕਤੀ ਤੋਂ ਸਖਤ ਤੋਂ ਸਤ ਕਾਰਵਾਈ ਕਰਕੇ ਇਹਨੂੰ ਪੰਤੋਂ ਬੇਦਖਲ ਕਰ ਦੇ ਬਾਕੀ ਹੁਣ ਸ਼੍ਰੋਮਣੀ ਕਮੇਟੀ ਕਿਉਂ ਚੁੱਪ ਹੈ ਕੀ ਕੋਈ ਖੋਜਵਿਣ ਕੀਤੀ ਜਾ ਰਹੀ ਹੈ ਇਹਦੇ ਬਾਰੇ ਤਾਂ ਆਉਣ ਵਾਲੇ ਸਮੇਂ ਤੇ ਪਤਾ ਲੱਗੇਗਾ ਮੈਂ ਜਿੰਨੀ ਵੀ ਜਾਣਕਾਰੀ ਆਪਿਆ ਨੇ ਸਾਂਝੀ ਕਰਦਾ ਮੇਰੀ ਆਪਣੀ ਸੋਚ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਓਣ ਤਾਂ ਹੀ ਹੋਣੀ ਹੈ ਸੁਭਾਵਿਕ ਹੈ ਜੇ ਕੋਈ ਕਮੀ ਪੇਸ਼ ਲੱਗੇ ਮੈਨੂੰ ਦੱਸੋ ਮੈਂ ਸੁਧਾਰ ਕਰਾਂਗਾ ਤੁਸੀਂ ਇਸ ਮੈਟਰ ਨੂੰ ਕਿਵੇਂ ਵੇਖਦੇ ਹੋ ਕਮੈਂਟ ਰਹੀ ਆਪਣੇ ਵਿਚਾਰ ਜ਼ਰੂਰ ਸੰਜੇ ਕਰਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ